ਵਾਹਿਗੁਰੂ ਜੀ ਆਓ ਜਾਣਦੇ ਹਾਂ ਸਿੱਖ ਜਗਤ ਗੁਰੂ ਰਾਮਦਾਸ ਜੀ ਦੀ ਕਿਰਪਾ ਨਾਲ ਭਾਈ ਆਦਮ ਜੀ ਦੀ ਇੱਛਾ ਕਿਵੇਂ ਪੂਰੀ ਹੋਈ। ਇਹ ਜ਼ਿਮੀਂਦਾਰ ਊਧਮ ਸਿੰਘ ਦੇ ਕੋਈ ਔਲਾਦ ਨਹੀਂ ਸੀ। ਉਸ ਦੀ ਨਿਮਰਤਾ ਕਾਰਨ ਉਹਨਾਂ ਨੂੰ ਭਾਈ ਆਦਮ ਕਿਹਾ ਜਾਂਦਾ ਸੀ। ਔਲਾਦ ਦੀ ਚਾਹ ਵਿੱਚ ਉਹ ਕਈ ਸੰਤਾਂ ਫਕੀਰਾਂ ਦੇ ਚੱਕਰ ਕੱਢਦਾ, ਪਰ ਉਸ ਦੀ ਇੱਛਾ ਪੂਰੀ ਨਹੀਂ ਹੋਈ। ਉਸ ਨੇ ਅਖੀਰ ਆਪਣੀ ਕਿਸਮਤ ਉੱਤੇ ਸੰਤੋਸ਼ ਕਰ ਲਿਆ। ਇੱਕ ਦਿਨ ਇੱਕ ਸਿੱਖ ਨੇ ਉਸ ਨੂੰ ਵਿਸ਼ਵਾਸ ਦਵਾਇਆ ਕਿ ਤੁਹਾਡੀ ਇੱਛਾ ਗੁਰੂ ਨਾਨਕ ਦੇਵ ਜੀ ਦੇ ਘਰ ਜ਼ਰੂਰ ਪੂਰੀ ਹੋਵੇਗੀ। ਉਸ ਵੇਲੇ ਗੁਰੂ ਰਾਮਦਾਸ ਜੀ ਗੁਰਤਾ ਗੱਦੀ ਉੱਤੇ ਵਿਰਾਜਮਾਨ ਸਨ। ਭਾਈ ਆਦਮ ਜੀ ਹੁਣ ਬੁਢਾਪੇ ਦੇ ਨਜ਼ਦੀਕ ਪੁੱਜਣ ਵਾਲੇ ਸਨ, ਇਸ ਲਈ ਉਹਨਾਂ ਨੇ ਔਲਾਦ ਦੀ ਇੱਛਾ ਤਿਆਗ ਦਿੱਤੀ ਸੀ। ਪਰ ਉਹਨਾਂ ਦੀ ਪਤਨੀ ਦੇ ਮਨ ਵਿੱਚ ਅਜੇ ਵੀ ਔਲਾਦ ਦੀ ਚਾਹ ਸੀ। ਉਸ ਦੇ ਜ਼ੋਰ ਦੇਣ ਉੱਤੇ ਭਾਈ ਆਦਮ ਜੀ ਗੁਰੂ ਚਰਨਾਂ ਵਿੱਚ ਮੌਜੂਦ ਹੋ ਗਏ ਅਤੇ ਆਮ ਲੋਕਾਂ ਦੀ ਤਰ੍ਹਾਂ ਸੇਵਾ ਵਿੱਚ ਜੁੱਟ ਗਏ। ਗੁਰੂ ਘਰ ਦੀ ਆਤਮਿਕ ਤ੍ਰਿਪਤੀ ਭਾਈ ਆਦਮ ਜੀ ਨੂੰ ਇੱਥੇ ਨਿਵਾਸ ਕਰਨ ਲਈ ਪ੍ਰੇਰਿਤ ਕਰਨ ਲੱਗੀ। ਉਹਨਾਂ ਨੇ ਗੁਰੂ ਦੇ ਚੱਕ ਵਿੱਚ ਹੀ ਆਪਣਾ ਘਰ ਬਣਾ ਲਿਆ ਅਤੇ ਇੱਕ ਮਜ਼ਦੂਰ ਵਾਂਗ ਜੀਵਨ ਬਤੀਤ ਕਰਨਾ ਸ਼ੁਰੂ ਕਰ ਦਿੱਤਾ। ਇਹ ਦੋਵੇਂ ਜਾਣੇ ਸਵੇਰੇ ਉੱਠ ਕੇ ਜੰਗਲ ਵਿੱਚ ਚਲੇ ਜਾਂਦੇ, ਉੱਥੋਂ ਬਾਲਣ ਦੀਆਂ ਲੱਕੜਾਂ ਦੇ ਪੰਡ ਚੁੱਕ ਕੇ ਪਰਤ ਆਉਂਦੇ, ਇੱਕ ਗੱਠ ਲੰਗਰ ਵਿੱਚ ਪਾ ਦਿੰਦੇ ਅਤੇ ਇੱਕ ਗੱਠ ਜਮ੍ਹਾਂ ਰੱਖ ਲੈਂਦੇ ਅਤੇ ਸਵਾਸ ਪਾਸ ਵਾਹਿਗੁਰੂ ਦਾ ਸਿਮਰਨ ਕਰਨ ਅਤੇ ਮਨ ਨੀਵਾ ਰੱਖਣ। ਇਸੇ ਤਰ੍ਹਾਂ ਸੇਵਾ ਕਰਦਿਆਂ ਉਹਨਾਂ ਨੂੰ 4 ਸਾਲ ਹੋ ਗਏ। ਇੱਕ ਵਾਰੀ ਝੜੀ ਲੱਗੀ ਹੋਈ ਸੀ। ਪੋਹ ਦਾ ਮਹੀਨਾ ਹੋਣ ਕਰਕੇ ਸੰਗਤ ਨੂੰ ਠੰਡ ਨੇ ਬਹੁਤ ਪਰੇਸ਼ਾਨ ਕੀਤਾ ਤਾਂ ਭਾਈ ਆਦਮ ਨੇ ਅੰਦਰੋਂ ਸੁੱਕਾ ਬਾਲਣ ਕੱਢ ਕੇ ਸਭ ਨੂੰ ਅੱਗ ਸਿਕਾਈ ਅਤੇ ਲੰਗਰ ਵਾਸਤੇ ਬਾਲਣ ਦੇ ਦਿੱਤਾ। ਜਿਸ 'ਤੇ ਖੁਸ਼ ਹੋ ਕੇ ਗੁਰੂ ਮਹਾਰਾਜ ਜੀ ਨੇ ਕਿਹਾ, ਭਾਈ ਆਦਮ ਤੇਰੀ ਘਾਲ ਥਾਏ ਪਈ, ਜੋ ਕੁਛ ਮੰਗਣਾ ਸੋ ਮੰਗ। ਭਾਈ ਆਦਮ ਜੀ ਚੁੱਪ ਰਹੇ ਅਤੇ ਆਦਮ ਜੀ ਨੇ ਕਿਹਾ ਕਿ ਮੈਨੂੰ ਤੁਹਾਡੀ ਕਿਰਪਾ ਚਾਹੀਦੀ ਹੈ, ਤੁਸੀਂ ਮੈਨੂੰ ਕੇਵਲ ਪ੍ਰਭੂ ਨਾਮ ਦਾ ਧਨ ਦਿਓ। ਜਵਾਬ ਵਿੱਚ ਗੁਰੂ ਜੀ ਨੇ ਕਿਹਾ ਕਿ ਇਹ ਧਨ ਤਾਂ ਤੁਹਾਨੂੰ ਪਹਿਲਾਂ ਵੱਲੋਂ ਹੀ ਮਿਲਿਆ ਹੋਇਆ ਹੈ, ਪਰ ਅਸੀਂ ਤੁਹਾਡੀ ਮੂਲ ਇੱਛਾ ਪੂਰਨ ਕਰਨਾ ਚਾਹੁੰਦੇ ਹਾਂ। ਇਸ ਉੱਤੇ ਵੀ ਭਾਈ ਆਦਮ ਜੀ ਕੁਝ ਮੰਗ ਨਹੀਂ ਪਾਏ, ਕਿਉਂਕਿ ਉਹਨਾਂ ਨੂੰ ਬੁਢਾਪੇ ਵਿੱਚ ਔਲਾਦ ਸੁੱਖ ਮੰਗਦੇ ਹੋਏ ਸ਼ਰਮ ਮਹਿਸੂਸ ਹੋ ਰਹੀ ਸੀ। ਗੁਰੂ ਜੀ ਨੇ ਉਹਨਾਂ ਨੂੰ ਅਗਲੇ ਦਿਨ ਆਪਣੀ ਪਤਨੀ ਨਾਲ ਦਰਬਾਰ ਵਿੱਚ ਆਉਣ ਲਈ ਕਿਹਾ। ਭਾਈ ਆਦਮ ਗੁਰੂ ਜੀ ਕੋਲ ਪਹੁੰਚੇ। ਗੁਰੂ ਜੀ ਨੇ ਉਹਨਾਂ ਦੀ ਪਤਨੀ ਨੂੰ ਪੁੱਛਿਆ ਕਿ ਤੁਹਾਡੇ ਦਿਲ ਵਿੱਚ ਕੋਈ ਕਾਮਨਾ ਹੋਵੇ ਤਾਂ ਦੱਸੋ। ਉਹ ਕਹਿਣ ਲੱਗੀ, ਘਰ ਵਿੱਚ ਚੱਲਦੇ ਸਮੇਂ ਪੁੱਤ ਦੀ ਕਾਮਨਾ ਸੀ, ਜਿਸ ਕਰਕੇ ਅਸੀਂ ਇੱਥੇ ਆਏ ਸੀ, ਪਰ ਹੁਣ ਕੋਈ ਉਸ ਦੀ ਇੱਛਾ ਨਹੀਂ ਰਹੀ, ਕਿਉਂਕਿ ਹੁਣ ਅਸੀਂ ਵੱਡੀ ਉਮਰ ਦੇ ਹੋ ਗਏ ਹਾਂ। ਗੁਰੂ ਜੀ ਨੇ ਕਿਹਾ ਕਿ ਗੁਰੂ ਘਰ ਵਿੱਚ ਕਿਸੇ ਗੱਲ ਦੀ ਕਮੀ ਨਹੀਂ ਹੈ। ਜੇਕਰ ਕੋਈ ਨਿਸ਼ਕਾਮ ਹੋ ਕੇ ਸੇਵਾ ਕਰਦਾ ਹੈ, ਤੁਸੀਂ ਚਿੰਤਾ ਨਾ ਕਰੋ, ਜਲਦੀ ਹੀ ਤੁਸੀਂ ਇੱਕ ਸੁੰਦਰ ਪੁੱਤ ਦੀ ਮਾਤਾ ਬਣੋਗੇ। ਉਸ ਦਾ ਨਾਮ ਭਗਤੂ ਰੱਖਣਾ, ਉਸ ਦਾ ਪਾਲਣ ਪੋਸ਼ਣ ਗੁਰੂ ਮਰਿਆਦਾ ਅਨੁਸਾਰ ਕਰਨਾ, ਜਿਸ ਦੇ ਨਾਲ ਉਹ ਤੁਹਾਡੇ ਕੁਲ ਦਾ ਨਾਮ ਰੌਸ਼ਨ ਕਰੇਗਾ। ਕੁਝ ਸਮੇਂ ਬਾਅਦ ਐਸਾ ਹੀ ਹੋਇਆ। ਭਾਈ ਭਗਤੂ ਨਾਮ ਦਾ ਪੁੱਤਰ ਭਾਈ ਆਦਮ ਦੇ ਘਰ ਪੈਦਾ ਹੋਇਆ ਅਤੇ 7ਵੇਂ ਪਾਤਸ਼ਾਹ ਤੱਕ ਗੁਰੂ ਘਰ ਦੀ ਸੇਵਾ ਕਰਦਾ ਰਿਹਾ। ਉਸ ਦੀ ਸੰਤਾਨ ਵਜੋਂ ਕੈਥਲ ਵਾਲੇ ਰਾਜੇ ਭਾਈ ਲਾਲ ਸਿੰਘ, ਭਾਈ ਉਦੇ ਸਿੰਘ ਹੋਏ, ਜਿਨ੍ਹਾਂ ਨੇ ਭਾਈ ਸੰਤੋਖ ਸਿੰਘ ਕੋਲੋਂ ਗੁਰੂ ਪ੍ਰਤਾਪ ਸੂਰਜ ਪ੍ਰਕਾਸ਼ ਗ੍ਰੰਥ ਤਿਆਰ ਕਰਵਾਇਆ ਸੀ। ਵਾਹਿਗੁਰੂ ਜੀ, ਸਤਿਗੁਰੂ ਜੀ ਨੇ ਲੱਕੜਾਂ ਦੀ ਸੇਵਾ ਕਰਨ ਵਾਲਿਆਂ ਨੂੰ ਵੀ ਰਾਜੇ ਬਣਾ ਕੇ ਬਾਦਸ਼ਾਹੀਆਂ ਬਖਸ਼ੀਆਂ ਸਨ। ਸਾਰੇ ਜ਼ਿੰਦਗੀ ਦੇ ਅਨਮੋਲ ਸਮਾਂ ਕੱਢ ਕੇ ਗੁਰੂ ਘਰ ਦੀ ਸੇਵਾ ਕਰਨ ਜ਼ਰੂਰ ਜਾਇਆ ਕਰੋ ਜੀ। ਵਾਹਿਗੁਰੂ ਜੀ ਭੁੱਲ ਚੁੱਕ ਮਾਫ਼ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।